ਤੁਸੀਂ ਮੈਨੂੰ ਇੰਨਾ ਦੱਸ ਦੇ ਉਹਨੂੰ ਕਹਿ ਕਿ ਤੂੰ 20,000 crore ਛੱਡ ਯਾਰ, ਹੈਂ ਮਤਲਬ ਗੱਪ ਮਾਰਦਾ ਠੀਕ ਠੀਕ ਲਾ ਯਾਰ, ਮਤਲਬ ਚਲੋ ਗੱਪ ਮਾਰਨੀ ਹੁੰਦੀ ਝੂਠ ਮਾਰਨਾ ਹੁੰਦਾ, ਤੂੰ ਤਾਂ ਯਾਰ ਸਰਦਾਰ ਸੁਖਬੀਰ ਸਿੰਘ ਤੋਂ ਵੀ ਉੱਤੇ ਲੰਘਿਆ, ਮਤਲਬ ਤੁਸੀਂ ਸੋਚੋ ਠੀਕ ਠੀਕ ਤਾਂ ਲਾ। ਪਿਛਲੇ ਇੰਨੇ ਸਾਲਾਂ ਚੋਂ ਵੱਧ ਤੋਂ ਵੱਧ ਜੇ ਸਰਕਾਰ ਨੇ ਕੱਢਿਆ 300 ਤੇ ਮੈਂ ਪਾਲਿਸੀ ਦੱਸੀ ਸੀ ਤੇਲੰਗਾਨਾ ਠੇਕੇਦਾਰੀ ਸਿਸਟਮ ਨੂੰ ਮਿਟਾ ਕੇ ਸਰਕਾਰੀ ਕੰਟਰੋਲ ਲੈ ਕੇ 2400 crore ਕਮਾਉਣ ਲੱਗ ਗਿਆ ਸੀ। ਪਹਿਲੇ ਸਾਲ ਠੇਕੇਦਾਰੀ 10 crore ਤੇ 4 ਸਾਲਾਂ ਦੇ ਵਿੱਚ 2400 crore ਰੁਪਈਆ। ਕੀਮਤਾਂ ਇੰਨੀਆਂ ਵੱਧਦੀਆਂ ਨੇ ਕੋਈ ਲੈਂਦਾ ਨੀ, ਕੰਮ ਬੰਦ ਪਏ ਆ, ਕੰਸਟਰਕਸ਼ਨ ਖਤਮ ਹੋ ਜਾਂਦੀ ਹੈ, 100+ ਰੇੜੀ ਭਰੀ ਪਈ ਸਭ ਬੰਦ ਪਿਆ, ਆ ਬੰਦ ਪਿਆ ਕੋਈ ਖਰੀਦਦਾ ਨਹੀਂ। ਤੁਸੀਂ ਸਭ ਕਾਰਨ ਕੀ ਹੈ? ਕਾਰਨ ਇਹ ਹੈ ਕਿ ਅਨਾੜੀਆਂ ਨੂੰ ਕੁਛ ਨਹੀਂ ਪਤਾ। ਮੈਂ ਪਹਿਲੇ ਦਿਨ ਦਾ ਕਹਿੰਦਾ ਸੀਗਾ ਪਾਲਿਸੀ ਉਹ ਬਣਾਓ ਜਿਹਨੂੰ ਤੁਸੀਂ ਪਹਿਲੇ ਦਿਨ ਤੋਂ ਇੰਪਲੀਮੈਂਟ ਕਰ ਸਕੋ। ਇੰਪਲੀਮੈਂਟ ਕਿੱਦਾਂ ਹੋਣੀ ਹੈ? ਰੇਟ ਕਿਵੇਂ ਵੱਧ ਗਏ ਸਵਾਲ? ਭਾਈ ਰੇਟ ਸਪਲਾਈ ਬੰਦ ਹੋ ਗਈ ਜਦੋਂ ਤੁਸੀਂ ਠੇਕੇ ਦਿੱਤੇ ਹੋਏ ਨੇ, ਇਹ ਠੇਕੇਦਾਰੀ ਸਿਸਟਮ ਨੇ ਮਾਰਿਆ ਸਾਰਾ ਕੁਛ। ਜਦੋਂ ਤੁਸੀਂ ਠੇਕੇ ਦਿੱਤੇ ਹੋਏ ਨੇ ਇੰਨੇ ਏਰੀਏ ਦੇ, ਉਸ ਏਰੀਏ 'ਚ ਰੇਤਾ ਹੀ ਹੈ ਨਹੀਂ। ਦੱਸ ਬਈ ਗੱਲ ਸਹੀ ਹੈ? ਇਸ ਤਰ੍ਹਾਂ ਹੀ ਹੈ। ਇੱਕ ਵਾਰ ਦੱਸ ਯਾਰ, ਖਾਡੀ ਕੋਈ ਚੱਲਣ ਦੀ ਆ ਹੁਣ, ਉਹਦੇ ਵਿੱਚ 20 ਗੱਡੀਆਂ ਭਰਨੀਆਂ ਤੇ ਗੱਡੀ ਜਾਂਦੀ 100-80 ਖਲੋ ਜਾਂਦੀਆਂ ਉੱਥੇ, ਠੀਕ ਹੈ ਨਾ? 20 ਗੱਡੀਆਂ ਭਰਦੀਆਂ ਨਾ ਤੁਸੀਂ ਪਹਿਲਾਂ, ਮਾਫੀਆ ਕੀ ਕਰਦਾ ਕਿ ਖੱਡ ਲੈਂਦਾ ਆ 25 hectare ਵਾਲੀ ਤੇ ਪੁੱਟਦਾ ਦੂਏ ਪਾਸੋਂ, ਕਿਉਂ ਬਾਈ? ਇਸ ਤਰ੍ਹਾਂ 2 number ਦਾ ਕੰਮ ਹੁਣ ਇਹਨਾਂ ਨੇ ਇਹ ਬੰਦ ਕਰਤਾ ਤੇ ਉਹ ਦੂਜਾ ਵੀ ਚੱਲ ਰਿਹਾ ਤੇ ਉਹ ਸਪਲਾਈ ਘੱਟ ਗਈ। ਜਦੋਂ ਤੱਕ ਤੁਸੀਂ ਸਪਲਾਈ ਔਰ ਰੇਟ ਫਿਕਸ ਨਹੀਂ ਕਰੋਗੇ, ਰੇਤੇ ਦੀਆਂ ਕੀਮਤਾਂ ਠਾਂ ਕਰਦੀਆਂ ਵੱਜਣਗੀਆਂ। ਔਰ 3 ਮਹੀਨਿਆਂ 'ਚ ਦੇਖੀ ਹਾਲ ਕੀ ਹੋਊਗਾ ਜੇ ਪਾਲਿਸੀ ਬਣਾ ਕੇ ਇਹਨੂੰ ਪਹਿਲੇ ਦਿਨ ਤੋਂ ਇੰਪਲੀਮੈਂਟ ਨਾ ਕੀਤਾ ਹੁੰਦਾ ਤੇ ਇਹ ਅਰਾਜਕਤਾ ਫੈਲੂ। ਇੱਕ ਮਿੰਟ, ਡਰੋਨ ਉਡਾਵਾਂਗੇ ਯਾਰ, ਡਰੋਨ ਉਡਾਵਾਂਗੇ, ਉੱਡ ਰਹੇ ਨਾ ਸਾਰੇ, ਉੱਡ ਰਹੇ ਨਾ ਡਰੋਨ। ਮੈਂ ਕਿਹਾ ਡਰੋਨ ਉਡਾ ਰਹੇ ਆ ਆਮ ਬੰਦੇ ਦੇ ਹੋਸ਼ ਉਡਾ ਤੇ, ਤੁਸੀਂ ਡਰੋਨ ਉਡਾਈ ਜਾਓ ਆਮ ਬੰਦੇ ਦੇ ਹੋਸ਼ ਉੱਡ ਗਏ, ਭੁੱਖੇ ਮਾਰਤੇ ਲੋਕ, ਰੁਜ਼ਗਾਰ ਬੰਦ ਕਰਤੇ, ਸਭ ਕੁਝ ਬੰਦ ਕਰਤਾ, ਗਰਾਂਟਾਂ ਤੱਕ ਬੰਦ ਕਰਤੀਆਂ। ਉਹ ਕੇਜਰੀਵਾਲ ਸਾਹਿਬ ਕਹਿੰਦਾ 20,000 crore ਰੇਤੇ ਚੋਂ ਕੱਢੂ। ਦੱਸੋ ਤੁਸੀਂ ਹੁਣ ਮੈਨੂੰ ਇਹ ਗੱਲ ਦੱਸੋ। ਦੂਜੀ ਗੱਲ ਮੈਂ ਬਿਜਲੀ ਦੀ ਕੀਤੀ ਹੈ, ਤੁਹਾਡੇ ਸਾਹਮਣੇ ਹੀ ਕੀਤੀ ਹੈ, ਠੋਕੇ ਇੱਥੇ ਨਹੀਂ ਕਰਨ ਵਾਲੀ। ਹੈਂ ਤੁਸੀਂ ਮੈਨੂੰ ਇੰਨਾ ਦੱਸ ਦੇ ਉਹਨੂੰ ਕਹਿ ਕਿ ਤੂੰ 20,000 crore ਛੱਡ ਯਾਰ, ਹੈਂ ਮਤਲਬ ਗੱਪ ਮਾਰਦਾ ਠੀਕ ਠੀਕ ਲਾ ਯਾਰ, ਮਤਲਬ ਚਲੋ ਗੱਪ ਮਾਰਨੀ ਹੁੰਦੀ ਝੂਠ ਮਾਰਨਾ ਹੁੰਦਾ, ਤੂੰ ਤਾਂ ਯਾਰ ਸਰਦਾਰ ਸੁਖਬੀਰ ਸਿੰਘ ਤੋਂ ਵੀ ਉੱਤੇ ਲੰਘਿਆ, ਮਤਲਬ ਤੁਸੀਂ ਸੋਚੋ ਠੀਕ ਠੀਕ ਤਾਂ ਲਾ। ਪਿਛਲੇ ਇੰਨੇ ਸਾਲਾਂ ਚੋਂ ਵੱਧ ਤੋਂ ਵੱਧ ਜੇ ਸਰਕਾਰ ਨੇ ਕੱਢਿਆ 300 ਤੇ ਮੈਂ ਪਾਲਿਸੀ ਦੱਸੀ ਸੀ ਤੇਲੰਗਾਨਾ ਠੇਕੇਦਾਰੀ ਸਿਸਟਮ ਨੂੰ ਮਿਟਾ ਕੇ ਸਰਕਾਰੀ ਕੰਟਰੋਲ ਲੈ ਕੇ 2400 crore ਕਮਾਉਣ ਲੱਗ ਗਿਆ ਸੀ। ਪਹਿਲੇ ਸਾਲ ਠੇਕੇਦਾਰੀ 10 crore ਤੇ 4 ਸਾਲਾਂ ਦੇ ਵਿੱਚ 2400 crore ਰੁਪਈਆ। ਅਸੀਂ ਪੰਜਾਬ ਵਾਲੇ ਅਕਾਲੀ ਸਰਕਾਰ 'ਚ 40 crore ਰੁਪਈਆ ਇੱਕ ਸਾਲ ਦਾ ਜਮ੍ਹਾਂ ਕਰਾਉਂਦੇ ਸੀ, ਉਹ ਇੱਕ ਹਫ਼ਤੇ 'ਚ 47 crore ਕਮਾਉਂਦੇ ਸੀ। ਉੱਥੇ ਇੱਕ ਦਰਿਆ 300 kilometer, ਇੱਥੇ 1300 kilometer ਤੇ 4 ਦਰਿਆ ਜੇ ਘੱਗਰ ਨੂੰ ਵੀ ਲਾਏਗਾ, ਦੀ ਸਿਲਟਿੰਗ ਵੀ ਹੁੰਦੀ। ਸੋ ਮਿੱਤਰ ਪਿਆਰੇ, ਸੇਵਾ ਦੇਸ਼ ਦੀ ਜ਼ਿੰਦੜੀ ਹੈ, ਬੜੀ ਔਖੀ ਗੱਲਾਂ ਕਰਨੀਆਂ ਢੇਰ ਸਿਖਲੀਆਂ ਨੇ। ਪਰ ਸਿੱਧੂ ਸਾਹਿਬ ਕਹਿੰਦੇ ਪਾਲਿਸੀ ਲੈ ਰਹੇ ਆ 6 ਮਹੀਨੇ 'ਚ ਬੜਾ ਕੁਝ ਇੰਪਲੀਮੈਂਟ। ਮੈਂ ਕਹਿੰਦਾ 6 ਮਹੀਨੇ ਖਾਸ ਕਰਕੇ ਗੱਲ, ਮੈਂ ਕਹਿੰਦਾ ਤੂੰ ਜਿੱਦਣ 20,000 crore ਰੁਪਈਏ ਕੱਢੂਗਾ ਨਾ ਇਹਦੇ 'ਚੋਂ, ਤੇ 30,000 crore ਕਹਿੰਦਾ ਸੀ, 30,000 crore ਕਹਿੰਦਾ ਸੀਗਾ, ਕਹਿੰਦਾ ਮੈਂ ਕਰਪਸ਼ਨ ਖਤਮ ਕਰਕੇ ਕੱਢੂਗਾ। 1,70,000 crore ਦਾ ਬਜਟ ਹੈ ਉਹਦੇ 'ਚ, 1 lakh ਤੋਂ ਉੱਤੇ ਤੇ ਫਿਕਸਡ ਨੇ ਜਿਹੜੇ ਤਨਖਾਹਾਂ 'ਚ ਜਾਂਦੇ ਆ, ਕਰਜ਼ਾ ਮੋੜਨ 'ਚ ਜਾਂਦੇ ਆ ਤੇ ਬੋਰੋਇੰਗ 'ਚ ਜਾਂਦੇ ਆ, ਤੇ ਠੇਕੇ ਤੂੰ ਬੰਦ ਕਰਦੇ, ਕਰਪਸ਼ਨ ਕਿਹੜੀ ਕਮਿਸ਼ਨ ਕਿੱਥੋਂ ਆਉਣੀ ਹੈ? ਤਨਖਾਹਾਂ 'ਚ ਕਮਿਸ਼ਨ ਜਾਂਦੀ ਹੈ? ਫਿਰ ਹੱਲ ਕੀ ਬਣੂ? ਬਣੂ? ਮੈਂ ਕਿਹਾ ਹੱਲ, ਦੇਖੋ ਮੇਰੀ ਗੱਲ ਨੂੰ ਸੁਣੋ, ਹੱਲ ਦੀ ਗੱਲ ਤਾਂ ਇੰਨੀ ਹੈ ਵੀ ਪੱਲੇ ਨਹੀਂ ਧੇਲਾ, ਕਰਦੀ ਮੇਲਾ ਮੇਲਾ। ਪੰਜਾਬ ਦਾ ਕੀ ਬਣੂ ਸਿੱਧੂ ਸਾਹਿਬ, ਪੰਜਾਬ ਦਾ ਕੀ ਬਣੂ ਤੁਹਾਡੇ ਤੇ? ਪੰਜਾਬ ਦੇ ਮੁੱਖ ਮੰਤਰੀ ਵਾਸਤੇ ਤੇ ਹੈ ਜੀ, ਸਦਕੇ ਲੋਕਾਂ ਨੂੰ ਸਹੂਲੀਅਤ ਹੋਣੀ ਚਾਹੀਦੀ ਹੈ। ਡਰਾਮੇ ਕਰਨ ਦੇ ਵਿੱਚ ਮੈਂ ਵਿਸ਼ਵਾਸ ਹੀ ਨਹੀਂ ਕਰਦਾ, ਪਹਿਲਾਂ ਗੱਡੀ 'ਚ ਚੜ ਗਏ, ਰੇਲ ਗੱਡੀ 'ਚ ਕਦੇ ਕੋਈ ਦੂਜੀ ਗੱਡੀ ਦਿਖਾ ਦੇ, ਪਰ ਚੌਪਰ ਗੱਡੀ ਜਾ ਕੇ ਸੁਪਰੀਮ ਕੋਰਟ ਨੂੰ ਲਿਆਉਣ ਵਾਸਤੇ ਥੋੜ੍ਹਾ ਨਾ, ਚੌਪਰ ਇਲੈਕਸ਼ਨਾਂ ਲੜਨ ਵਾਸਤੇ ਥੋੜ੍ਹਾ ਨਾ, ਉੱਥੇ ਆਪਦਾ ਪਾਰਟੀ ਦਾ ਖਰਚੋ, ਇਹ ਪੰਜਾਬ ਦੇ ਲੋਕਾਂ ਦੇ ਪੈਸੇ ਉੱਥੇ ਠੰਡੀਆਂ ਹਵਾਵਾਂ 'ਚ ਵੋਟਾਂ ਮੰਗਣ ਵਾਸਤੇ ਨੇ।
देश दुनिया दी ताज़ा खबरां दे लई हुणे प्ले स्टोर तो डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हाँ नाल ही दोस्तां नूं पेज लाइक करन दे लई इनवाइट करना ना भुलना। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल तुहाडी अपनी आवाज़ पंजाब दी आवाज़ अजीत।